ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਸੜਕ ਦੇ ਕਿਨਾਰੇ ਤੇ ਇੱਕ ਕਾਰ ਖੜੀ ਹੈ, ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਰੈਕਟਰ ਜਿਸ ਨੇ ਕਾਰ ਨੂੰ ਟੱਕਰ ਮਾਰੀ, ਫਿਰ ਇੱਕਦਮ ਮੋੜ ਕੱਟ ਕੇ ਦੁਕਾਨਾਂ ਦੇ ਵਿੱਚ ਜਾ ਵੜਿਆ, ਦੁਕਾਨਾਂ ਦੇ ਸ਼ੈੱਡ ਤੋੜ ਦਿੱਤੇ, ਸਮਾਨ ਭੰਨ ਦਿੱਤਾ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਬੇਕਾਬੂ ਹੋਏ ਟਰੈਕਟਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਦੇ ਅੱਡ ਚੌਧਰੀ ਦਾ ਬਾਗ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਖੜੀ ਕਾਰ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਬੇਕਾਬੂ ਹੋਇਆ ਟਰੈਕਟਰ ਟਰਾਲੀ ਸੜਕ ਦੇ ਕਿਨਾਰੇ ਦੁਕਾਨਾਂ ਦੇ ਵਿੱਚ ਜਾ ਵੜਿਆ, ਜਿਸ ਨਾਲ ਦੁਕਾਨਾਂ ਦੇ ਬਾਹਰ ਪਿਆ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਟਰੈਕਟਰ ਜੋ ਕਿ ਮੁਕੇਰੀਆਂ ਸਾਈਡ ਤੋਂ ਆ ਰਿਹਾ ਸੀ, ਜਿਸ ਨੇ ਪਹਿਲਾਂ ਸੜਕ ਦੇ ਕਿਨਾਰੇ ਖੜੀ ਕਾਲੇ ਰੰਗ ਦੀ ਗੱਡੀ ਨੂੰ ਟੱਕਰ ਮਾਰੀ, ਫਿਰ ਬੇਕਾਬੂ ਹੋ ਕੇ ਦੁਕਾਨਾਂ ਦੇ ਵਿੱਚ ਵੜ ਗਿਆ, ਜਿੱਥੇ ਸ਼ੈੱਡ ਤੋੜ ਦਿੱਤੇ ਉੱਥੇ ਹੀ ਦੁਕਾਨ ਦੇ ਬਾਹਰ ਪਿਆ ਸਮਾਨ ਵੀ ਭੰਨ ਦਿੱਤਾ। ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ, ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ। ਦੱਸੋ ਕਿਸ ਦੀ ਗਲਤੀ ਸੀ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ, ਕਿਉਂਕਿ ਸੜਕ ਦੇ ਕਿਨਾਰੇ ਤੇ ਕਾਰ ਖੜੀ ਸੀ ਔਰ ਪਿੱਛੋਂ ਆ ਰਿਹਾ ਟਰੈਕਟਰ ਜਿਸ ਨੇ ਪਹਿਲਾਂ ਕਾਰ ਨੂੰ ਟੱਕਰ ਮਾਰੀ, ਫਿਰ ਦੁਕਾਨਾਂ ਦੇ ਵਿੱਚ ਜਾ ਵੜਿਆ। ਕਿੰਨਾ ਨੁਕਸਾਨ ਹੋਇਆ, ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਇਹ ਟਰੈਕਟਰ ਮੁਕੇਰੀਆਂ ਸਾਈਡ ਤੋਂ ਆ ਰਿਹਾ ਸੀਗਾ ਜੀ, ਤੇ ਆਉਂਦਾ ਇੱਕ ਗੱਡੀ ਨਾਲ ਵੱਜ ਕੇ ਬੇਕਾਬੂ ਹੋਇਆ, ਬੇਕਾਬੂ ਹੋ ਕੇ ਦੁਕਾਨਾਂ 'ਚ ਵੜ ਗਿਆ। ਹਾਂਜੀ, ਖਾਲੀ ਸੀਗਾ ਟਰੈਕਟਰ ਟਰਾਲੀ? ਟਰੈਕਟਰ ਖਾਲੀ ਸੀਗਾ ਜੀ। ਜੇ ਕੋਈ ਨੁਕਸਾਨ ਕਿੰਨਾ ਕੁ ਹੋਇਆ ਆਪਣਾ? ਨੁਕਸਾਨ ਮੇਰਾ ਕਾਊਂਟਰ ਟੇਬਲ ਬਣਿਆ ਜੀ, ਬਾਕੀ ਕੋਈ ਝੂਲਿਆਂ ਦੀ ਹੈ, ਥੋੜ੍ਹੀ ਬਹੁਤ ਮੈਂਟੇਨੈਂਸ ਹੈ, ਅਲਮਾਰੀ ਬਣਨੀ ਹੈ ਇੱਕ, ਇਹ ਨੁਕਸਾਨ ਮੇਰਾ ਜੀ। ਕੋਈ ਜਾਨੀ ਮਾਲੀ ਨੁਕਸਾਨ? ਨਹੀਂ, ਕੋਈ ਜਾਨੀ ਮਾਲੀ ਵਿਚਾਰ। ਤੇ ਟਰੈਕਟਰ ਦੇ ਕਿੰਨੇ ਵਿਅਕਤੀ ਸਵਾਰ ਸੀ ਤੇ ਗੱਡੀ ਦੇ ਵਿੱਚ ਕਿੰਨੇ ਸੀਗੇ? ਟਰੈਕਟਰ ਤੇ ਸਿਰਫ ਓਨਲੀ ਡਰਾਈਵਰ ਹੀ ਸੀਗਾ ਜੀ। ਤੇ ਗੱਡੀ ਦੇ ਵਿੱਚ ਜਿਹੜੇ? ਗੱਡੀ ਖਾਲੀ ਖੜੀ ਜੀ, ਖੜੀ ਗੱਡੀ 'ਚ ਵੱਜੀ। ਖੜੀ ਗੱਡੀ 'ਚ ਵੱਜਿਆ? ਹਾਂਜੀ। ਡਰਾਈਵਰ ਕਿੱਥੇ ਮੁੱਕ ਗਿਆ? ਡਰਾਈਵਰ ਟਰੈਕਟਰ ਦਾ ਇੱਥੇ ਖੜਾ ਜੀ, ਇਹ ਭਾਈ ਸਾਹਿਬ। ਹਾਂਜੀ, ਬਾਕੀ ਤੁਹਾਡਾ ਇਹ ਕਾਊਂਟਰ ਤੇ ਹੀ ਨੁਕਸਾਨ ਹੋਇਆ? ਹਾਂਜੀ। ਇਹ ਮੰਗ ਕੀ ਕਰਦੇ ਹੋ? ਮੈਂ ਤਾਂ ਇਹ ਕਹਿੰਦਾ ਮੈਨੂੰ ਸਿਰਫ ਕਾਊਂਟਰ ਟੇਬਲ ਦਾ ਨੁਕਸਾਨ ਦਿੱਤਾ ਜਾਏ, ਉਹ ਛੱਡਿਆ ਹੀ ਕੁਛ ਨਹੀਂ ਉਹਦਾ। ਮੈਂ ਆ ਰਿਹਾ ਇੱਧਰ ਝੀਲ ਦੀ ਰੋਜ਼, ਗੱਡੀ ਨੂੰ ਸਾਈਡ 'ਤੇ ਖੜੀ ਸੀ। ਅੱਛਾ ਜੀ। ਉਹਦਾ ਮੂਹਰਾ ਬੰਪਰ ਮਾਰਿਆ ਪਿਆ, ਪਤਾ ਨਹੀਂ ਲੱਗਾ ਵੀ ਗੱਡੀ ਅੱਗੇ ਪੜ ਗਈ। ਅੱਛਾ ਜੀ। ਅਤੇ ਨੁਕਸਾਨ ਆਪਣਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ? ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ, ਉਹਦਾ ਮੇਰੇ ਗੋਡੇ 'ਚ ਲੱਗੀ ਜੀ, ਜਦ ਚਲਾ ਰਿਹਾ ਹੋਰ ਤਾਂ ਕੋਈ ਨੁਕਸਾਨ ਨਹੀਂ। ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤੇ ਭਰਪਾਈ ਕੌਣ ਕਰੇਗਾ ਇਹਨਾਂ ਦੀ? ਜਿਹੜਾ ਇਹਨਾਂ ਦਾ ਕਰ ਦੇਣਾ ਆਏ ਬੰਦੇ ਉਹਨਾਂ ਕਰਦੇ ਆ।